ਨਿਆਇਪਾਲਿਕਾ ਵਿੱਚ ਵੱਧ ਰਹੇ ਕੰਮ ਦੇ ਕਾਰਨ ਹੁਣ ਜੱਜ ਸਾਹਿਬਾਨ ਉੱਪਰ ਮਾਨਸਿਕ ਦਬਾਅ ਬਣਦਾ ਜਾ ਰਿਹਾ ਹੈ। ਇਸ ਦਬਾਅ ਤੋਂ ਮੁਕਤ ਹੋਣ ਲਈ ਕਲਾਸਾਂ ਲਗਾ ਕੇ ਤਣਾਅ ਮੁਕਤ ਕੀਤਾ ਜਾ ਰਿਹਾ ਹੈ। ਇਹਨਾਂ ਕਲਾਸਾਂ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਗਈ, ਜਿੱਥੇ ਮੈਡੀਕਲ ਕੈਂਪ ਦੇ ਨਾਲ ਨਾਲ ਤਣਾਅ ਮੁਕਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਿਆਂ ਅਧਿਕਾਰੀਆਂ ਦੇ ਨਾਲ ਨਾਲ ਨਿਆਇਪਾਲਿਕਾ ਦੇ ਦਫ਼ਤਰੀ ਕੰਮਕਾਜ ਵਿੱਚ ਜੁਟੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕਿਹਾ ਕਿ ਜੇਕਰ ਫੈਸਲਾ ਕਰਨ ਵਾਲੇ ਦਾ ਮਨ ਸਵਸਥ ਹੋਵੇਗਾ ਤਾਂ ਹੀ ਫੈਸਲਾ ਸਹੀ ਹੋ ਸਕੇਗਾ। ਕੰਮਕਾਜ ਜ਼ਿਆਦਾ ਹੋਣ ਕਰਕੇ ਅਧਿਕਾਰੀ ਦਬਾਅ ਵਿੱਚ ਰਹਿੰਦੇ ਹਨ, ਇਸ ਲਈ ਇਹ ਕੈਂਪ ਲਗਾਇਆ ਗਿਆ ਹੈ ਜਿਸ ਨਾਲ ਮਾਨਸਿਕ ਤਣਾਅ ਤੋਂ ਮੁਕਤ ਕੀਤਾ ਜਾਵੇ। ਐਗਜ਼ੀਕਟਿਵ ਚੇਅਰਮੈਨ ਪੰਜਾਬ ਲੀਗ ਸੰਸਦ ਸੋਟੀਆਂ ਦੀ ਹਦਾਇਤਾਂ ਮੁਤਾਬਕ ਅਸੀਂ ਅੱਜ ਇੱਕ ਅੰਮ੍ਰਿਤਸਰ ADR ਸੈਂਟਰ ਦੇ ਵਿੱਚ ਮੈਡੀਕਲ ਚੈੱਕਅਪ ਕੈਂਪ ਲਾਇਆ ਹੈ, ਜਿਸ ਦੇ ਵਿੱਚ ਅੰਮ੍ਰਿਤਸਰ ਦੇ ਸਾਰੇ ਜੁਡੀਸ਼ੀਅਲ ਆਫਿਸਰਸ ਅਤੇ ਜੁਡੀਸ਼ੀਅਲ ਡਿਪਾਰਟਮੈਂਟ ਦੇ ਸਟਾਫ ਮੈਂਬਰਸ ਅਤੇ ਡਿਸਟ੍ਰਿਕਟ ਅਟੋਰਨੀ ਅਤੇ ਉਹਨਾਂ ਦੀ ਟੀਮ ਸਾਰਿਆਂ ਦਾ ਮੈਡੀਕਲ ਚੈੱਕਅਪ ਕੀਤਾ ਜਾਏਗਾ। ਇਹ ਦੇਖਿਆ ਗਿਆ ਹੈ ਵੀ ਕੋਟਾ ਦੇ ਵਿੱਚ ਜੱਜਿਸ ਕੋਲ ਟਾਈਮ ਹੀ ਹੈ ਨਹੀਂ, ਸਟਾਫ ਕੋਲ ਟਾਈਮ ਹੈ ਨਹੀਂ ਆਪਣੇ ਚੈੱਕਅਪ ਦਾ, ਤਾਂ ਇਸ ਨੂੰ ਦੇਖਦੇ ਕਿ ਹੈਲਦੀ ਬੋਡੀ ਕੰਟੇਨਸ ਹੈਲਦੀ ਮਾਈਂਡ ਅਤੇ ਬਹੁਤ ਜ਼ਿਆਦਾ ਬਿਮਾਰੀਆਂ ਫੈਲੀਆਂ ਹੋਈਆਂ ਹਨ ਅਤੇ ਜਦੋਂ ਤੱਕ ਬੰਦਾ ਆਪਣੀ ਇਲਾਜ ਨਹੀਂ ਚੈੱਕਅਪ ਨਹੀਂ ਕਰਾਉਂਦਾ ਤਾਂ ਉਹ ਇਲਾਜ ਨਹੀਂ ਕਰਾ ਸਕਦਾ। ਇਹਨੂੰ ਮੁੱਖ ਰੱਖ ਕੇ ਇਹ ਕੈਂਪ ਲਾਇਆ ਅਤੇ ਅੱਜ ਪਹਿਲਾਂ ਇੱਕ ਸਟ੍ਰੈਸ ਮੈਨੇਜਮੈਂਟ ਦੇ ਉੱਪਰ ਇੱਕ ਲੈਕਚਰ ਵੀ ਡਾਕਟਰ ਵਰੁਣ ਗੁਪਤਾ ਜੋ IV ਹੋਸਪਿਟਲ MD ਸੈਕਟਰੀ ਹਨ ਉਹਨਾਂ ਨੇ ਦਿੱਤਾ ਹੈ, ਤਾਂ ਕਿ ਸਟ੍ਰੈਸ ਜੇ ਰਿਮੂਵ ਹੋਏਗਾ ਤਾਂ ਡੈਫੀਨੇਟਲੀ ਵਧੀਆ ਜੱਜਮੈਂਟਸ ਆਉਣਗੀਆਂ ਅਤੇ ਲੋਕਾਂ ਨੂੰ ਵੱਧ ਜਸਟਿਸ ਮਿਲੇਗਾ। ਜੱਜਿਸ ਜੁਡੀਸ਼ੀਅਲ ਡਿਪਾਰਟਮੈਂਟ ਦੇ ਵਿੱਚ ਇੰਡੀਪੈਂਡੈਂਸੀ ਹੈ, ਹਰ ਬੰਦਾ ਜੋ ਜੁਡੀਸ਼ੀਅਲ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਚਾਹੇ ਉਹ ਜੱਜ ਹੈ ਚਾਹੇ ਉਹ ਕਲਰਕ ਹੈ ਚਾਹੇ ਕੋਰਟ ਦਾ PN ਹੈ ਚਾਹੇ ਉਹ ਐਡਵੋਕੇਟ ਹੈ ਚਾਹੇ ਉਹ ਮੁਨਸ਼ੀ ਹੈ ਚਾਹੇ ਉਹ ਲਿਟੀਗੈਂਟ ਹੈ, ਉਹ ਕੋਰਟ ਦੇ ਵਿੱਚ ਸਟ੍ਰੈਸ ਵਿੱਚ ਹਮੇਸ਼ਾ ਹੀ ਰਹਿੰਦਾ ਹੈ ਅਤੇ ਜਿਹੜਾ ਕੋਰਟ ਦਾ ਡੀਲ ਕਰਦਾ ਜਾਂ ਕੋਰਟ ਆਉਂਦਾ ਜਾਂ ਰਿਲੀਫ ਲੈਣ ਆਉਂਦਾ ਜਾਂ ਉਹਨੂੰ ਨਹੀਂ ਮਿਲਦਾ ਉਹ ਹਮੇਸ਼ਾ ਸਟ੍ਰੈਸ ਲੈ ਕੇ ਜਾਂਦਾ, ਸਟ੍ਰੈਸ ਲੈ ਕੇ ਜਾਂਦਾ ਹੈ। ਇਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਪਹਿਲਾਂ ਮੈਡੀਕਲ ਚੈੱਕਅਪ ਹੋਵੇ, ਉਹਦਾ ਇਲਾਜ ਵੀ ਹੋਣਾ ਉਨਾ ਹੀ ਜ਼ਰੂਰੀ ਹੈ, ਇਸ ਕਰਕੇ ਤਾਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ।